मैं जिथे भी जाना बार घर कॉलेज स्कूल कितने भी जावा तो चारों पास एक ही चीज सुनने मिलती है कि देसी रॉकस्टार का नवा गाना आया है, देसी रॉकस्टार का नवा गाना आया। फिर मैं सोचा यार देसी रॉकस्टार रहिंदा कित्थे है। फिर मेरी सारे दिन की मेहनत दे आखिरकार रिजल्ट दिखाया तो मैं पता लगे कि देसी रॉकस्टार साहब इतने रेस्ट कर रहे हैं। छोटे छोटे जवाक गाने गाने लग जाते हैं। छे साल पहले आई सी इन्होंने गाना सुनिया भी नहीं होना। हथियार फ्लावर हूं तो टाइम हो गया, नवी एलबम कढ़नी चाहिए। सो इस करके देसी रॉकस्टार 2 लेके आए। ਭਾਜੀ ਜਦੋਂ ਬੰਦੇ ਨੂੰ ਜਦੋਂ ਐਲਬਮ ਜਾਂ ਸਿੰਗਲ ਕਰਨਾ ਹਰ ਮਹੀਨੇ ਜਾਂ 2 ਮਹੀਨੇ ਬਾਅਦ ਗਾਣਾ ਕੱਢ ਲੈਂਦਾ ਬੰਦਾ, ਪਰ ਇੱਕ ਐਲਬਮ ਕੱਢਣ ਲਈ ਤੁਹਾਨੂੰ 6 ਸਾਲ ਲੱਗੇ। ਮਤਲਬ ਭਾਜੀ ਰਿਸਰਚ ਕਰਦੇ ਸੀ ਕਿਹੜਾ ਗਾਣਾ ਪਾਉਣਾ ਵਿੱਚ? ਨਹੀਂ ਪਹਿਲੇ ਤਾਂ 2 ਸਾਲ ਵੈਸੇ ਹੀ ਨਿਕਲ ਗਏ, ਧਿਆਨ ਹੀ ਨਹੀਂ ਮਾਰਿਆ। ਪਹਿਲੀ ਐਲਬਮ ਹਿੱਟ ਸੀਗੀ ਉਹਦੇ ਚੱਕਰ 'ਚ ਹੀ ਨਿਕਲ ਗਏ। ਉਸ ਤੋਂ ਬਾਅਦ ਸੋਚਿਆ ਕਿ ਹੁਣ ਕੱਢਦੇ ਹਾਂ ਆਹ ਗਾਣਾ ਕਰੀਏ ਉਹ ਗਾਣਾ ਕਰੀਏ। ਕਈ ਵਾਰੀ ਟਾਈਮ ਲੱਗ ਜਾਂਦਾ ਸੀ ਜਾਨੂੰ ਦੁਬਾਰਾ ਸੁਣਦੇ ਹੀ ਪੁਰਾਣੇ ਵਾਲੇ ਪੁਰਾਣੇ ਲੱਗਣ ਲੱਗ ਜਾਂਦੇ ਸੀ। ਸੋ ਉਹ ਚੀਜ਼ ਕਰਦੇ ਕਰਦੇ ਫਿਰ ਇੱਕ ਅੱਜ ਕੱਲ੍ਹ ਟੇਪਾਂ ਆਉਂਦੀਆਂ ਘੱਟ ਨੇ। ਪਹਿਲਾਂ ਐਲਬਮ ਹਰੇਕ ਬੰਦੇ ਦੀ ਦੂਜੇ ਚੌਥੇ ਮਹੀਨੇ ਆ ਜਾਂਦੀ ਸੀ। ਸੋ ਹੁਣ ਆਉਂਦੀਆਂ ਘੱਟ ਨੇ ਤੇ ਡਰ ਜ਼ਿਆਦਾ ਲੱਗਦਾ ਸੀ। ਮੈਂ ਕਿਹਾ ਯਾਰ ਕਿੱਦਾਂ ਦੀ ਐਲਬਮ ਚਾਹੀਦੀ ਆ, ਥੋੜ੍ਹਾ ਤਜਰਬਾ ਵੀ ਘੱਟ ਗਿਆ ਸੀ। ਪਹਿਲਾਂ ਵਾਲੇ 10 ਸਾਲ ਤਾਂ ਲਗਾਤਾਰ ਹਰ ਸਾਲ ਐਲਬਮ ਆਈ। ਕੀ ਬਾਤ ਹੈ ਜੀ। ਸੋ ਇਸ ਕਰਕੇ ਟਾਈਮ ਲੱਗ ਗਿਆ। ਨਹੀਂ ਕਿਹਾ ਇਸੇ ਕਰਕੇ ਤੁਹਾਨੂੰ ਦੇਸੀ ਰੌਕਸਟਾਰ ਕਿਹਾ ਜਾਂਦਾ। ਦੇਖੋ ਭਾਜੀ ਮੈਨੂੰ ਲੱਗਦਾ ਬਾਹਰੋਂ ਪੂਰੇ ਰੌਕਸਟਾਰ ਵਰਗੇ, ਇਹਨਾਂ 'ਚ ਜੋਸ਼ ਵੀ ਪੂਰਾ ਰੌਕਸਟਾਰ ਵਰਗਾ, ਪਰ ਰਹਿੰਦੇ ਦੇਖ ਲਓ ਦੇਸੀ ਤਰੀਕੇ ਦੇ ਨਾਲ ਆ। ਇੱਥੇ ਭਾਈ ਰਹਿੰਦੇ ਨਹੀਂ ਆ, ਵੈਸੇ ਇੱਥੇ ਭਾਈ ਰੈਸਟ ਕਰਨ ਆਉਂਦੇ ਆ। ਮੈਂ ਸਹੀ ਕਹਿੰਦਾ ਬਾਈ? ਬਿਲਕੁਲ ਸਹੀ ਕਹਿੰਦੇ। ਜਦੋਂ ਭਾਈ ਬਹੁਤ ਜ਼ਿਆਦਾ ਥੱਕ ਜਾਂਦੇ ਨੇ ਨਾ, ਫਿਰ ਇੱਥੇ ਰੈਸਟ ਕਰਨ ਆਉਂਦੇ ਨੇ। ਔਰ ਅੱਛਾ ਭਾਈ ਇਸ ਐਲਬਮ ਦੇ ਵਿੱਚ 9 ਗਾਣੇ ਨੇ? ਹਾਂ 9 ਗਾਣੇ ਨੇ ਜੀ, ਬਿਲਕੁਲ। ਤੇ ਹਰ ਇੱਕ ਦਾ ਵੱਖਰਾ ਵੱਖਰਾ ਫਲੇਵਰ? ਫਲੇਵਰ ਵੱਖਰੇ ਵੱਖਰੇ ਨੇ ਜੀ, ਮਤਲਬ ਕਈ ਫਲੇਵਰ ਤਾਂ ਇਦਾਂ ਦੇ ਨੇ ਵੀ ਮੈਂ ਅੱਜ ਤੱਕ ਗਾਇਬ ਨਹੀਂ ਸੀਗੇ। ਸੋ ਪਹਿਲੀ ਵਾਰੀ ਇਸੇ ਐਲਬਮ 'ਚ ਉਹ ਚੀਜ਼ਾਂ ਪੇਸ਼ ਕੀਤੀਆਂ ਨੇ ਤੇ ਹਰ ਗਾਣੇ ਨੂੰ ਕੋਸ਼ਿਸ਼ ਕੀਤੀ ਹੈ ਕਿ ਵੱਖਰਾ ਰੰਗ ਦਿੱਤਾ ਜਾਵੇ। ਮਿਊਜ਼ਿਕ ਡਾਇਰੈਕਟਰ ਵੀ ਕਾਫੀ ਨੇ, ਰੈਪਰ ਵੀ ਕਾਫੀ ਨੇ, ਰਾਈਟਰ ਵੀ ਬਹੁਤ ਨੇ। ਸੋ ਸਾਰੇ ਜਿੰਨੇ ਮੇਰੇ ਸਰਕਲ 'ਚ ਮੇਰੇ ਖਾਸ ਦੋਸਤ ਮਿੱਤਰ ਨੇ ਸਾਰਿਆਂ ਦੀ ਬਹੁਤ ਐਫਰਟ ਸੀ, ਕਿਉਂਕਿ ਕਈ ਆਰਟਿਸਟ ਵੀ ਇੱਦਾਂ ਦੇ ਨੇ ਜਿਨ੍ਹਾਂ ਨੇ ਮੇਰੀ ਐਲਬਮ ਦੇ ਵਿੱਚ ਕੁਛ ਨਹੀਂ ਗਾਇਆ, ਕੁਛ ਨਹੀਂ ਕੀਤਾ, ਪਰ ਸਪੋਰਟ ਬਹੁਤ ਕੀਤੀ ਹੈ ਨਾ। ਕੀ ਬਾਤ ਹੈ। ਸੋ ਬੜੇ ਬੰਦਿਆਂ ਦੀ ਐਫਰਟ ਹੈ ਜੀ। ਕੀ ਬਾਤ, ਵੈਰੀ ਨਾਈਸ ਭਾਜੀ। ਔਰ ਭਾਜੀ ਇਸ ਐਲਬਮ ਦੇ ਵਿੱਚ ਜਿਹੜਾ ਪਹਿਲਾ ਗਾਣਾ ਖੁੱਲਾ ਪੱਟ ਲੈਣਗੇ, ਹਾਂਜੀ ਕੁਛ ਕੁ ਲੋਕ ਇਦਾਂ ਦਾ ਪ੍ਰਸ਼ਨ ਕਰਦੇ ਨੇ ਕਿ ਪੱਟ ਲੈਣਗੇ ਦੀ ਵੀਡੀਓ ਦੇਸੀ ਹੋਣੀ ਚਾਹੀਦੀ ਸੀ। ਉਹ ਅਰਬਨ ਆ, ਬਹੁਤ ਘੈਂਟ ਵਧੀਆ ਬਣੀ ਹੋਈ ਹੈ ਨਾ, ਜੇ ਉਹਨਾਂ ਨੂੰ ਆਪਾਂ ਦੱਸਣਾ ਹੋਵੇ ਕਿ ਕਿਉਂ ਨਹੀਂ ਆ। ਹਾਂ ਕਿਉਂ ਨਹੀਂ, ਉਹਦੇ 2-3 ਰੀਜ਼ਨ ਸੀਗੇ ਜੀ। ਇੱਕ ਤਾਂ ਆਡੀਓ ਆ, ਜਿਹੜਾ ਆਡੀਓ ਬਿਲਕੁਲ ਦੇਸੀ ਠੇਠ ਆਡੀਓ ਆ। ਸੋ ਆਡੀਓ ਪਹਿਲਾਂ ਆਈ ਜਦੋਂ ਸਾਰਿਆਂ ਨੇ ਸੁਣਿਆ ਹੀ ਸਾਨੂੰ ਫੀਲ ਆਉਂਦੀ ਸੀ ਕਿ ਜਿਹੜੇ ਪੰਜਾਬੀ ਆਪਣੇ ਬੰਦੇ ਨੇ, ਸੋ ਉਹਨਾਂ ਨੇ ਤਾਂ ਆਉਂਦੇ ਹੀ ਗਾਣਾ ਚੱਕ ਲੈਣਾ। ਇਹ ਗਾਣਾ ਪਹਿਲਾਂ ਸੋਲੋ ਸੀ, ਡੁਇਟ ਨਹੀਂ ਸੀਗਾ। ਓਕੇ। ਸੋ ਫਿਰ ਅਸੀਂ ਸੋਚਿਆ ਕਿ ਮੁੰਡੇ ਵਾਲਾ ਪਾਰਟ ਆਈ ਜਾਂਦਾ ਕਿ ਮੁੰਡਾ ਕਹਿੰਦਾ ਕਿ ਲੰਘਿਆ ਨਾ ਕਰ ਮੈਨੂੰ ਛੜਿਆਂ ਦੀ ਗੋਲੀ, ਪੱਟ ਲੈਣਗੇ ਕਿ ਥੋੜ੍ਹਾ ਜਿਹਾ ਕੁੜੀ ਦਾ ਵੀ ਜਵਾਬ ਹੋਣਾ ਚਾਹੀਦਾ ਵੀ ਕੁੜੀ ਅੱਗਿਓਂ ਕੁਛ ਕਹੇ ਹੈ ਨਾ। ਸੋ ਉਹ ਫਿਰ ਅੱਗੇ ਕੁੜੀ ਕਹਿੰਦੀ ਹੈ, ਬਟ ਅਸੀਂ ਕੁੜੀ ਲੈ ਲਈ ਫਿਰ ਨੇਹਾ ਕੱਕੜ। ਸੋ ਜਿਹੜੀ ਨੇਹਾ ਦੀ ਆਡੀਅੰਸ ਹੈ ਉਹ ਥੋੜ੍ਹੀ ਅਰਬਨ ਹੈ, ਥੋੜ੍ਹੀ ਦਿੱਲੀ ਵਾਲੇ ਪਾਸੇ ਆ, ਬੰਬੇ ਉਸ ਮਾਰਕੀਟ ਦੀ ਸੀ। ਸੋ ਸਾਨੂੰ ਲੱਗਿਆ ਕਿ ਆਪਣੇ ਵਾਲੇ ਤਾਂ ਹਮੇਸ਼ਾ ਆਡੀਓ ਹੀ ਦੇਖਦੇ ਨੇ ਵੀ ਆਡੀਓ ਕਿੱਦਾਂ ਦਾ ਘੈਂਟ ਆ, ਨਹੀਂ ਘੈਂਟ ਹੈਗਾ। ਸੋ ਉਸ ਤਰੀਕੇ ਨਾਲ ਤਾਂ ਕਰਕੇ ਫਿਰ ਅਸੀਂ ਕੋਸ਼ਿਸ਼ ਕੀਤੀ ਕਿ ਵਿੱਚ ਵਿਚਾਲੇ ਵਾਲਾ ਕੰਮ ਰੱਖ ਲਿਆ ਜਾਵੇ ਜਿਹੜਾ ਉਹਨਾਂ ਨੂੰ ਵੀ ਠੀਕ ਲੱਗੇ, ਉਹਨਾਂ ਨੂੰ ਉਹਨਾਂ ਨੂੰ। ਸੋ ਦੈਟਸ ਵਾਈ ਇਹਦੀ ਵੀਡੀਓ ਇਦਾਂ ਬਣਾਈ। ਭਾਜੀ ਇਕਲੌਤੇ ਐਸੇ ਆਰਟਿਸਟ ਨੇ ਜਿਨ੍ਹਾਂ ਦੀ ਇੱਕ ਦਿਨ ਦੇ ਵਿੱਚ ਯੂਟਿਊਬ ਤੇ 5 ਲੱਖ ਵਿਊ ਹੋਏ। ਭਾਜੀ ਉਹ ਜੋ ਫੀਲਿੰਗ, ਮਤਲਬ ਕਿੱਦਾਂ ਲੱਗ ਰਿਹਾ ਤੁਹਾਨੂੰ ਕਿ ਜੋ ਤੁਸੀਂ ਸੋਚਿਆ ਸੀ ਕਿ ਹਾਂ ਮੈਂ ਬੈਕ ਕਰਨਾ ਆਪਣੇ ਆਪ ਨੂੰ ਵਾਪਸ ਲੈ ਕੇ ਆਉਣਾ ਦੇਸੀ ਰੌਕਸਟਾਰ 2 ਦੇ ਨਾਲ, ਸਫਲ ਹੋਇਆ? ਹਾਂ ਬਿਲਕੁਲ ਜੀ, ਮੈਂ ਤਾਂ ਐਕਚੁਅਲੀ ਮੈਨੂੰ ਵੈਸੇ ਬਹੁਤਾ ਵਿਊਆਂ ਵਿਆਂ ਦਾ ਹੁੰਦਾ ਨਹੀਂਗਾ। ਮੈਂ ਕਿਉਂਕਿ ਮੇਰੇ ਕਈ ਗਾਣੇ ਨੇ ਜੀ ਜਿਹੜੇ ਮੇਰੇ ਕਰੀਅਰ ਦੇ ਲਈ ਬਹੁਤ ਵੱਡੇ ਗਾਣੇ ਸੀਗੇ, ਬੜੇ ਜਿਵੇਂ ਕਹਿ ਲਈਏ ਘਰ ਦੀ ਸ਼ਰਾਬ ਨਾਲ ਮਿਲ ਕੇ ਫਰੂਟੀਆਂ ਦਾ, ਹਨਾ। ਸੋ ਉਹ ਗਾਣਾ ਯੂਟਿਊਬ ਦੇ ਉੱਤੇ ਮਿਲੀਅਨ ਵੀ ਹੈ ਨੀਗਾ, ਹਨਾ। ਉਹ ਮੇਰੇ ਲਈ ਬਹੁਤ ਵੱਡਾ ਗਾਣਾ, ਹਨਾ। ਚਾਂਦੀ ਦੀ ਡੱਬੀ ਵੀ ਮੇਰੇ ਕਿਹਾ ਹੁਣ ਹੋ ਗਿਆ ਸ਼ਾਇਦ ਕੋਈ 4-4 ਮਿਲੀਅਨ, ਪਰ ਜਿੰਨਾ ਟਾਈਮ ਉਹਨੂੰ ਹੋ ਗਿਆ। ਅੱਜ ਕੱਲ੍ਹ ਤਾਂ ਮੈਂ ਦੇਖਦਾ ਗਾਣੇ ਕਈ ਵਾਰੀ ਛੇਤੀ ਹੋਈ ਪਤਾ ਨਹੀਂ ਕਿੰਨੇ ਮਿਲੀਅਨ ਹੀ ਹੋ ਜਾਂਦੇ ਨੇ, ਹਨਾ। ਸੋ ਇਟਸ ਨੋਟ ਅਬਾਊਟ ਕਿ ਬਹੁਤ ਵਿਊਜ਼ ਨੇ, ਬਟ ਹਾਂ ਜਿਵੇਂ ਹੁਣ ਅੱਜ ਮੈਂ ਇੰਨੀ ਦੇਰ ਬਾਅਦ ਐਲਬਮ ਕਰਨੀ ਸੀ, ਸਾਰਿਆਂ ਨੇ ਕਿਹਾ ਕਿ ਯਾਰ ਭਾਜੀ ਗਾਣਾ ਬੜਾ ਬਲਾਸਟ ਹੈ, ਦੇਖਿਓ ਇਹਦੇ ਇੰਨੇ ਵਿਊਜ਼ ਹੋ ਜਾਣੇ ਨੇ, ਹਨਾ। ਸੋ ਮੈਨੂੰ ਐਕਸਪੈਕਟਡ ਨਹੀਂ ਸੀ, ਕਿਉਂਕਿ ਲਾਸਟ ਜਿਹੜੇ 2-3 ਗਾਣੇ ਸਭ ਤੋਂ ਵੱਡੇ ਹਿੱਟ ਹੋਏ, ਉਹ ਕਹਿੰਦੇ 3 ਲੱਖ ਵਿਊ ਹੁੰਦੇ ਨੇ ਜੀ ਵੱਡੇ ਆਰਟਿਸਟ ਦੇ ਵੱਡੇ ਗਾਣੇ ਦੇ। ਬਟ ਮੈਨੂੰ ਸੀ, ਮੈਂ ਕਿਹਾ ਚੱਲ ਯਾਰ ਇੰਨੇ ਹੋ ਜਾਣ ਵੀ ਲੋਕਾਂ ਨੂੰ ਠੀਕ ਲੱਗੇ, ਮੈਨੂੰ ਵੀ ਨਹੀਂ ਸੀ ਵੀ ਇੰਨੇ ਜ਼ਿਆਦਾ ਹੋਣਗੇ, ਬਟ ਦੈਟਸ ਗੁੱਡ। ਨਹੀਂ ਕੈਂਟ ਹੋ ਗਿਆ ਭਾਜੀ ਸਾਰਾ ਕੁਝ, ਹਨਾ। ਭਾਜੀ ਇਕਲੌਤੇ ਐਸੇ ਇਨਸਾਨ ਹੋ ਤੁਸੀਂ ਪੰਜਾਬੀ ਇੰਡਸਟਰੀ 'ਚ, ਨਹੀਂ ਤਾਂ ਹਰ ਆਰਟਿਸਟ ਇੱਕ ਦੂਸਰੇ ਤੋਂ ਕਿਤੇ ਨਾ ਕਿਤੇ ਅੰਦਰੋਂ ਖਾਰ ਖਾਂਦਾ, ਜੈਲਸ ਫੈਕਟਰ ਹੁੰਦਾ ਜੀ। ਇਕਲੌਤੇ ਤੁਸੀਂ ਉਹ, ਤੁਹਾਡਾ ਗਾਣਾ ਹਰ ਆਰਟਿਸਟ ਨੇ ਸ਼ੇਅਰ ਕੀਤਾ ਭਾਜੀ ਜੀ। ਕੀ ਆ ਭਾਜੀ ਤੁਹਾਡੇ ਮੇਰਾ ਗਾਣਾ? ਮੈਂ ਤਾਂ ਆਪ ਦੇਖਦਾ ਹੀ ਗੱਲ ਵੀ
ਬਹੁਤ ਹੀ ਜ਼ਿਆਦਾ ਸ਼ੇਅਰ ਕੀਤਾ ਮੈਨੂੰ ਲੱਗਦਾ ਵੀ ਜਿਹੜੇ ਵਿਊਜ਼ ਵੀ ਨੇ ਇੰਨੇ ਜ਼ਿਆਦਾ ਵਿਊਜ਼ ਹੋ ਗਏ ਸੋ ਇੰਨੇ ਆਰਟਿਸਟਾਂ ਨੇ ਸ਼ੇਅਰ ਕੀਤਾ ਹਰ ਜਗ੍ਹਾ ਦੇ ਉੱਤੇ ਸੋ ਮੈਨੂੰ ਲੱਗਦਾ ਕਿ ਉਹਨਾਂ ਦਾ ਪਿਆਰ ਹੀ ਹੈ ਜੀ ਸੋ ਜਿਹਨਾਂ ਨਾਲ ਦਿਲੋਂ ਸਾਂਝ ਹੁੰਦੀ ਆ ਸਾਰੇ ਜਾਣੇ ਸਪੋਰਟ ਕਰਦੇ ਨੇ ਰੱਜ ਕੇ ਸੋ ਬਹੁਤ ਜਾਣਿਆਂ ਨੇ ਮਤਲਬ ਇੰਨੇ ਜਾਣੇ ਨੇ ਵੀ ਮੈਨੂੰ ਲੱਗਦਾ ਵੀ ਜੇ ਮੈਂ ਨਾਂ ਲੈਣ ਲੱਗ ਜਾਂਦਾ ਪ੍ਰੋਗਰਾਮ ਮੁੱਕ ਜਾਏ ਆਪਣਾ ਸੋ ਇੰਨੇ ਜਾਣਿਆਂ ਨੇ ਸ਼ੇਅਰ ਕੀਤਾ ਸਾਰਿਆਂ ਦਾ ਥੈਂਕ ਯੂ ਸੋ ਮਚ ਜੀ ਆਲਰਾਈਟ ਭਾਜੀ ਬੈਕ ਟੂ ਨਾਰਮਲ ਲਾਈਫ ਨਾਰਮਲ ਲਾਈਫ ਉੱਠ ਕੇ ਖੜੀ ਕਰਦੇ ਆ ਲੱਤਾਂ ਥੱਕ ਗਈਆਂ ਸੀ ਬਹਿ ਕੇ ਵੈਸੇ ਹੈਨਾ ਅੱਛਾ ਭਾਜੀ ਬੈਕ ਟੂ ਨੋਰਮਲ ਲਾਈਫ ਆਮ ਜ਼ਿੰਦਗੀ ਦੀ ਗੱਲ ਕਰਾਂ ਤੇ ਕੋਈ ਇੱਕ ਮਿਸਕਨਸੈਪਸ਼ਨ ਜਿਹੜੀ ਲੋਕਾਂ ਨੂੰ ਤੁਹਾਨੂੰ ਲੱਗਦਾ ਕਿ ਹੈਗੀ ਤੁਹਾਡੇ ਬਾਰੇ ਕਿੱਦਾਂ ਮਤਲਬ ਕੋਈ ਗਲਤ ਫਹਿਮੀ ਹੈਗੀ ਹੈ ਕਿ ਕੋਈ ਗਲਤ ਸੋਚਦਾ ਤੁਹਾਡੇ ਬਾਰੇ ਜਦੋਂ ਮੈਨੂੰ ਲੱਗਦਾ ਕਿ ਤੁਸੀਂ ਇੰਡਸਟਰੀ ਦੇ ਸਭ ਤੋਂ ਘੈਂਟ ਬੰਦੇ ਹੋ ਤੂੰ ਸਹੀ ਸੋਚਦਾ ਮੈਂ ਸਹੀ ਸੋਚਦਾ ਪਰ ਕੁਛ ਜਿੱਦਾਂ ਜਿਹਨਾਂ ਨੂੰ ਤੁਸੀਂ ਕਦੀ ਨਹੀਂ ਮਿਲੇ ਬਾਈ ਚਾਂਸ ਇੱਕ ਬੰਦੇ ਥਰੂ ਮਿਲੇ ਇੱਕ ਵਾਰੀ ਦੋ ਵਾਰੀ ਚਾਰ ਵਾਰੀ ਪੰਜ ਵਾਰੀ ਛੇ ਵਾਰੀ ਮੈਨੂੰ ਕਹਿੰਦੇ ਯਾਰ ਉਹ ਤੂੰ ਵੀਡੀਓ ਕਰਨਾ ਸੀ ਲਿਆਓ ਕਰੀਏ ਬੰਦੇ ਨੇ ਉਦੋਂ ਮਨਾ ਕਰਤਾ ਚਲੋ ਜੀ ਵੀਡੀਓ ਹੋ ਗਿਆ ਜੇ ਵੋ ਹੁਣ ਮੇਰੇ ਨਾਲ ਬਹੁਤ ਅਟੈਚਮੈਂਟ ਆ ਜਿਵੇਂ ਹਨਾ ਵੀ ਅਸੀਂ ਭਰਾਵਾਂ ਤੋਂ ਵੀ ਜ਼ਿਆਦਾ ਹਨਾ ਹੁਣ ਮੈਨੂੰ ਲਾ ਦੇ ਕਹਿੰਦੇ ਯਾਰ ਮੈਂ ਗਾਣੇ ਦੇਖਦਾ ਸੀ ਨਾ ਤੇਰੇ ਖੜਕੇ ਦੜਕੇ ਵਾਲੇ ਜੇ ਵੋ ਤੂੰ ਏਦਾਂ ਏਦਾਂ ਕਰਕੇ ਤੁਰ ਰਿਹਾ ਜੇ ਵੋ ਕਹਿੰਦੇ ਮੈਂ ਕਿਹਾ ਬੰਦਾ ਬਹੁਤ ਫੋਕਰਾ ਟਾਈਪ ਜਿਹਾ ਵੀ ਇਹਦਾ ਨਾ ਵੀਡੀਓ ਆਪਾਂ ਇਹਦਾ ਵੀਡੀਓ ਨਹੀਂ ਕਰ ਸਕਦੇ ਕਹਿੰਦੇ ਮੇਰੀ ਨੇਚਰ ਹੋਰ ਆ ਹਨਾ ਇਹ ਕੀ ਹੈ ਕਈ ਵਾਰੀ ਕੀ ਹੈ ਨਾ ਇਹ ਬਹੁਤ ਬੰਦਿਆਂ 'ਚ ਹੁੰਦੀ ਆ ਜਿਵੇਂ ਇੱਕ ਆਪਣਾ ਆਰਟਿਸਟ ਆ ਐਮੀ ਵਿਰਕ ਜੀ ਹਨਾ ਤੇ ਮੈਂ ਉਹਨੂੰ ਜਦੋਂ ਵੀ ਦੇਖਦਾ ਸੀ ਨਾ ਮਗਰ ਇਹ ਬੰਦਾ ਨਾ ਬੰਦਾ ਨੀ ਠੀਕ ਹੈਗਾ ਯਾਰ ਇਹ ਕਿੱਦਾਂ ਬੋਲਦਾ ਯਾਰ ਹਨਾ ਵੀ ਇਹ ਤਾਂ ਫੁਕਰਾ ਟਾਈਪ ਬੰਦਾ ਹੈ ਲਾਊਡ ਬਟ ਉਹਦੀ ਨਾ ਨੇਚਰ ਹੈ ਇੱਦਾਂ ਦੀ ਉਹ ਕੁਦਰਤੀ ਵੈਸੇ ਹੀ ਇੱਦਾਂ ਬੋਲਦਾ ਬਟ ਜਦੋਂ ਹੁਣ ਉਹਨੂੰ ਮੈਂ ਮਿਲਿਆ 5-10 ਵਾਰੀ 20 ਵਾਰੀ ਜੇ ਵੋ ਫਿਰ ਅਸੀਂ ਇੱਕ ਫਿਲਮ ਕੀਤੀ ਆ ਮੇਰੇ ਨਾਲ ਉਹਨੇ ਹਨਾ ਸੋ ਉਦੋਂ ਬਾਅਦ ਮੈਨੂੰ ਲੱਗਿਆ ਮੈਂ ਉਹਨੂੰ ਪਟਾ ਕੇ ਕਿੰਨੀ ਵਾਰੀ ਮੈਂ ਕਿਹਾ ਯਾਰ ਵੀ ਤੂੰ ਇੰਨਾ ਗੁੱਡ ਬੰਦਾ ਵੀ ਤੂੰ ਏਦਾਂ ਕਿ ਉਹ ਮੂੰਹ ਫਟ ਹੈ ਬੋਲ ਦਿੰਦਾ ਉਹਦੇ ਗਾਣਿਆਂ ਗੁਣਿਆਂ 'ਚ ਵੀ ਐਵੇਂ ਲੱਗਦਾ ਤੁਰਦਾ ਮਿਰਦਾ ਉਹ ਕਈ ਵਾਰੀ ਹੁੰਦਾ ਕਿ ਆਪਾਂ ਨਾ ਬੰਦੇ ਦੀ ਉਸ ਤਰੀਕੇ ਨਾਲ ਇਮੇਜ ਬਣਾ ਲੈਂਦੇ ਹਾਂ ਫੋਟੋ ਦੇਖਦੇ ਆਪਾਂ ਕਈ ਵਾਰੀ ਬੰਦੇ ਦੀ ਫੋਟੋ ਦੇਖ ਕੇ ਹਿਸਾਬ ਲਾ ਲੈਂਦੇ ਆ ਵੀ ਯਾਰ ਇਹ ਬੰਦਾ ਇਹੋ ਇਹੀ ਫਿਲਮ ਹੈ ਫਿਲਮਾਂ ਵੀ ਇਹੀ ਹੁੰਦੀਆਂ ਜਿਵੇਂ ਆਪਾਂ ਕਿਸੇ ਦਾ ਕਰੈਕਟਰ ਦੇਖਦੇ ਹਾਂ ਪੋਸਟਰ ਆਉਂਦਾ ਕਿਸੇ ਦੀ ਫਿਲਮ ਦਾ ਉਹੀ ਆਰਟਿਸਟ ਹੁੰਦਾ ਉਹਨੇ ਡਿਫਰੈਂਟ ਗੈਟਅਪ ਲਿਆਉਂਦਾ ਬੰਦਾ ਕਹਿੰਦਾ ਯਾਰ ਕੋਈ ਗੱਲਬਾਤ ਡਿਫਰੈਂਟ ਲੱਗਦੀ ਜੀ 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 ਇਹਦਾਂ ਦੀ ਸੋ ਉਹ ਚੀਜ਼ ਕਈ ਵਾਰੀ ਵੜ ਜਾਂਦੀ ਆ ਸੋ ਮੈਨੂੰ ਲੱਗਦਾ ਕਈ ਵਾਰੀ ਹੁਣ ਤਾਂ ਕਿਉਂਕਿ ਬੜੀਆਂ ਚੀਜ਼ਾਂ ਕਰਤੀਆਂ ਆਪਾਂ ਚੇਂਜ ਹੋ ਗਿਆ ਬਟ ਸ਼ੁਰੂ ਸ਼ੁਰੂ 'ਚ ਲੋਕਾਂ ਨੂੰ ਐਂ ਲੱਗਦਾ ਹੁੰਦਾ ਕਿ ਬੜੇ ਸ਼ਾਇਦ ਐਟੀਟਿਊਡ ਵਾਲਾ ਹੋਵੇ ਜਿਵੇਂ ਜੈਜ਼ੀ ਭਾਜੀ ਬਾਰੇ ਕਈਆਂ ਨੂੰ ਲੱਗਦਾ ਬੜੇ ਐਟੀਟਿਊਡ ਵਾਲੇ ਨੇ ਉਹ ਭਾਜੀ ਨੂੰ ਮਿਲੋ ਉਹ ਗੱਲੇ ਬਦਲ ਲੈ ਜਾਂਦੀ ਹੈ ਉਹ ਚੀਜ਼ ਭਾਜੀ ਬੈਕ ਟੂ ਦੇਸੀ ਰੌਕ ਸਟਾਰ 2 ਇਹਦੇ ਵਿੱਚ ਹਮੇਸ਼ਾ ਤੁਸੀਂ ਜਿਹੜੀ ਵੀ ਐਲਬਮ ਕੀਤੀ ਅੱਜ ਤੱਕ ਇੱਕ ਕਦਮ ਅੱਗੇ ਕੀਤੀ ਹੈ ਦੇਸੀ ਰੌਕ ਸਟਾਰ 'ਚ ਐਸੀ ਕਿਹੜੀ ਚੀਜ਼ ਹੈ ਜਿਹਨੂੰ ਦੇਖ ਕੇ ਪੰਜਾਬੀ ਇੰਡਸਟਰੀ ਕਾਪੀ ਕਰਨੀ ਸ਼ੁਰੂ ਕਰ ਦੂ ਕਿ ਯਾਰ ਆਹ ਕਰਨਾ ਹੁਣ ਗਿੱਪੀ ਬਾਈ ਨੇ ਕਰਤਾ ਵੈਸੇ ਤਾਂ ਜੀ ਕਾਫੀ ਚੀਜ਼ਾਂ ਨੇ ਜੀ ਮੈਂ ਨਹੀਂ ਕਹਿੰਦਾ ਵੀ ਕਾਪੀ ਕਰਨ ਲੱਗ ਜਾਣਗੇ ਜਾਂ ਕੁਛ ਏਦਾਂ ਸੋ ਮਤਲਬ ਨਵੀਆਂ ਨੇ ਜੀ ਨਵੀਆਂ ਨੇ ਸੋ ਮਿਊਜ਼ੀਕਲੀ ਵੀ ਇੱਕ ਦੋ ਚੀਜ਼ਾਂ ਨਵੀਆਂ ਕੀਤੀਆਂ ਨੇ ਬਟ ਵੀਡੀਓ ਹਾਂ ਵੀਡੀਓ ਇੱਕ ਮੈਂ ਬਾਹਰ ਸ਼ੂਟ ਕੀਤਾ ਅਮਰੀਕਾ ਹਜੇ ਆਉਣਾ ਆਉਣਾ ਉਹ 'ਚ ਕੁਛ ਨਵੀਆਂ ਚੀਜ਼ਾਂ ਨੇ ਜਿਹੜੀਆਂ ਲੱਗਣਗੀਆਂ ਕਿ ਹਾਂ ਯਾਰ ਥੋੜਾ ਪੰਜਾਬੀ ਇੰਡਸਟਰੀ ਲਈ ਇਦਾਂ ਦਾ ਵੀਡੀਓ ਇੱਕ ਥੋੜਾ ਸਮਥਿੰਗ ਨਿਊ ਓਕੇ ਮਤਲਬ ਇਦਾਂ ਦਾ ਅੱਜ ਤੱਕ ਨਹੀਂ ਆਇਆ ਨੀਗਾ ਹਨਾ ਸੋ ਇੱਕ ਮੇਰੇ ਮਾਈਂਡ 'ਚ ਹੋਰ ਵੀ ਵੀਡੀਓ ਹੈ ਮੈਂ ਹਲੇ ਉਹ ਸ਼ੂਟ ਨਹੀਂ ਕੀਤਾ ਬਟ ਉਹਦਾ ਕਨਸੈਪਟ ਹੈ ਮੇਰੇ ਦਿਮਾਗ 'ਚ ਸੋ ਉਹ ਵੀ ਮੈਨੂੰ ਲੱਗਦਾ ਕਿ ਬਹੁਤ ਨਵਾਂ ਹੈ ਜਿਹੜਾ ਆਲਰੇਡੀ ਤੁਸੀਂ ਦੱਸਿਆ ਆਲਰੇਡੀ ਸ਼ੂਟ ਹੋ ਚੁੱਕਿਆ ਉਹ ਸ਼ੂਟ ਹੋ ਚੁੱਕਿਆ ਹਾਂ ਉਸ ਗਾਣੇ ਦੀਆਂ ਭਾਜੀ ਦੋ ਲਾਈਨਾਂ ਸੁਣਾਓ ਹੋ ਮੁੰਡੇ ਪੱਟ ਲੈ ਤੂੰ ਲੱਕ ਜਿਹਾ ਮਾਰ ਕੇ ਚੁੰਨੀ ਰੇਸ਼ਮ ਦੀ ਹਵਾ 'ਚ ਖਿਲਾਰ ਕੇ ਵਾਰੀ ਵਾਰੀ ਤੇਰੇ ਘਰ ਸੋਹਣੀ ਨੀ ਵਿਹੜੇ ਵਿੱਚ ਹੁਣ ਡਿਟੀਆਂ ਨੀ ਤੂੰ ਪੋਲੇ ਪੋਲੇ ਪੱਬ ਜਦੋਂ ਚੱਕਦੀ ਹੈ ਗੱਭਰੂ ਵਜਾਉਣ ਸੀਨੀਆਂ ਸੋ ਇਹ 'ਚ ਬੋਹੀਮੀਆ ਦਾ ਰੈਪ ਹੈ ਜੀ ਜਤਿੰਦਰ ਸ਼ਾਹ ਦਾ ਮਿਊਜ਼ਿਕ ਹੈ ਵੀਤ ਬਲਜੀਤ ਦਾ ਗਾਣਾ ਲਿਖਿਆ ਹੋਇਆ ਸੋ ਪੂਰੀ ਟੀਮ ਬੜੀ ਸੋਲਿਡ ਹੈ ਜੀ ਪਹਿਲਾਂ ਜਤਿੰਦਰ ਸ਼ਾਹ ਦੇ ਬੜੇ ਹਿੱਟ ਹੋਏ ਗਾਣੇ ਤੇ ਵੀਤ ਦੇ ਬਹੁਤ ਦੇਸੀ ਰੌਕ ਸਟਾਰ 2 ਦੇ ਵਿੱਚ ਭਾਜੀ ਹਰ ਤਰ੍ਹਾਂ ਦਾ ਗਾਣਾ ਹੈਗਾ ਜੀ ਸਭ ਤੋਂ ਜ਼ਿਆਦਾ ਕਿਹੜੇ ਰਾਈਟਰ ਦੇ ਗਾਣੇ ਭਾਜੀ ਸਭ ਤੋਂ ਜ਼ਿਆਦਾ ਮੇਰੇ ਕਾ ਸਭ ਤੋਂ ਜ਼ਿਆਦਾ ਗਾਣੇ ਨੇ ਜੀ ਹੈਪੀ ਦੇ ਹੈਪੀ ਰਾਏ ਕੋਟੀ ਦੇ ਗਾਣੇ ਨੇ ਜੀ ਅੰਮ੍ਰਿਤ ਮਾਨ ਦਾ ਗਾਣਾ ਹੈ ਤੇ ਉਸ ਤੋਂ ਬਾਅਦ ਗਾਣੇ ਹੈਗੇ ਆ ਇੱਕ ਮੁੰਡਾ ਕਮਲ ਕਰੌੜ ਜੀ ਦਾ ਆਪਾਂ ਲਿਖਿਆ ਸੁਣਿਆ ਵਾ ਜੀ ਜੱਸੀ ਲੌਕਾ ਇੱਕ ਮੁੰਡਾ ਉਹਦਾ ਜੀ ਰਾਜ ਰਣਜੋਤ ਦਾ ਗਾਣਾ ਹੈ ਸੋ ਕਾਫੀ ਆਰਟਿਸਟ ਨੇ ਜਿਨ੍ਹਾਂ ਦੇ ਗਾਣੇ ਮਿਊਜ਼ਿਕ ਦਾ ਮੈਂ ਸੁਣਾਈ ਦਿੱਤਾ ਗਾਣਾ ਵੀਰ ਬਾਈ ਦਾ ਤੁਸੀਂ ਸੁਣਾਇਆ ਨਾ ਸੂਰਾਪੁਰੀ ਸਾਹਿਬ ਦਾ ਗਾਣਾ ਹੈ ਗੁਰਕਿਰਪਾਲ ਸੂਰਾਪੁਰੀ ਜੀ ਸਾਰੇ ਮਤਲਬ ਜਿੰਨੇ ਤੁਸੀਂ ਹੀਰੇ ਸੀ ਪੰਜਾਬੀ ਇੰਡਸਟਰੀ 'ਚ ਲਿਖਣ ਵਾਲੇ ਸਾਰੇ ਲਿਖ ਲਏ ਬਿਲਕੁਲ ਤਾਂ ਹੀ ਦੇਸੀ ਰੌਕ ਸਟਾਰ 2 ਇੰਨੀ ਘੈਂਟ ਆ ਭਾਜੀ ਔਰ ਜਿਹੜੇ ਪੰਜਾਬੀ ਇੰਡਸਟਰੀ ਜਿੰਨੇ ਵੀ ਡਾਇਰੈਕਟਰ ਨੇ ਭਾਜੀ ਤੁਸੀਂ ਸਾਰੇ ਵੱਖਰੇ ਵੱਖਰੇ ਚੂਜ਼ ਕੀਤੇ ਵੱਖਰੇ ਵੱਖਰੇ ਗਾਣੇ ਦੀ ਕਿਉਂ ਨਹੀਂ ਐਕਚੁਅਲੀ ਕੀ ਹੁੰਦਾ ਨਾ ਵੀ ਕਈ ਗਾਣਿਆਂ ਦੇ ਲਈ ਮੈਨੂੰ ਲੱਗਦਾ ਕਿ
ਕਿਸੇ ਗਾਣੇ ਲਈ ਕੋਈ ਡਾਇਰੈਕਟਰ ਸੂਟੇਬਲ ਹੁੰਦਾ, ਕਿਸੇ ਲਈ ਕੋਈ, ਜਿਵੇਂ ਫਿਲਮਾਂ ਨੇ ਕੋਈ, ਜਿਵੇਂ ਸੁਦੀਪ ਕੰਗ ਆ, ਸੁਦੀਪ ਕੰਗ ਦੀ ਜਦੋਂ ਫਿਲਮ ਅਨਾਊਂਸ ਹੁੰਦੀ ਆ ਲੋਕੀ ਕਹਿੰਦੇ ਹਸਾਊਗਾ ਹਨਾ, ਤੇ ਜਿਵੇਂ ਹੁਣ ਰੋਹਿਤ ਜੁਗਰਾਜ ਜੀ ਜੇਮਸ ਬੌਂਡ ਬਣਾਈ ਸੀ, ਅਸੀਂ ਅੱਗੇ ਇੱਕ ਫਿਲਮ ਬਣਾ ਰਹੇ ਹਾਂ, ਮੈਨੂੰ ਸਾਰੇ ਪੁੱਛ ਜਾਂਦੇ ਕਹਿੰਦੇ ਉੱਦਾਂ ਦੀ ਥ੍ਰਿਲਰ ਟਾਈਪ ਜੀ ਫਿਲਮ ਹਨਾ, ਸੋ ਬਲਜੀਤ ਭਾਜੀ ਦਾ ਕੰਮ ਹਰ ਇੱਕ ਬੰਦੇ ਦਾ ਅੱਡ ਅੱਡ ਫੀਲ ਹੁੰਦਾ ਗਾਣੇ ਦੇ ਹਿਸਾਬ ਨਾਲ ਚੂਜ਼ ਕੀਤੇ ਆ। ਸੋ ਦੋ ਗਾਣੇ ਬਲਜੀਤ ਭਾਜੀ ਨੇ ਸ਼ੂਟ ਕੀਤੇ ਨੇ, ਇੱਕ ਬਾਹਰ ਗੋਰੇ ਨੇ ਕੀਤਾ ਜਿਹਦੀ ਆਪਾਂ ਗੱਲ ਕਰਦੇ ਸੀ, ਇੱਕ ਰੌਬੀ ਨੇ ਕੀਤਾ, ਸੋ ਅੱਗੇ ਇੱਕ ਦੋ ਮੁੰਡੇ ਹੋਰ ਨੇ, ਮੈਂ ਉਹਨਾਂ ਨਾਲ ਕੰਮ ਨਹੀਂ ਕੀਤਾ। ਇੱਥੇ ਪੰਜਾਬੀ ਇੰਡਸਟਰੀ ਦੇ ਆਪਣੇ ਬੜੇ ਵਧੀਆ ਵੀਡੀਓ ਬਣਾਉਂਦੇ ਨੇ, ਮੇਰੀ ਕੋਸ਼ਿਸ਼ ਆ ਵੀ ਮੈਂ ਉਹਨਾਂ ਨਾਲ ਵੀ ਕੰਮ ਕਰਾਂ ਹਨਾ। ਸੋ ਇੱਕ ਮੈਨੂੰ ਲੱਗਦਾ ਕਿ ਜਦੋਂ ਨਵੇਂ ਡਾਇਰੈਕਟਰ ਨਾਲ ਚੀਜ਼ ਕਰਦੇ ਨਾ, ਚੀਜ਼ ਸਿੱਖਣ ਨੂੰ ਬੜੀ ਮਿਲਦੀ ਆ, ਹਰੇਕ ਦਾ ਆਪਦਾ ਆਪਦਾ ਸਟਾਈਲ ਹੁੰਦਾ, ਹਿਸਾਬ ਜਿਹਾ ਆ ਜਾਂਦਾ ਵੀ ਏਦਾਂ ਵੀ ਕੰਮ ਹੁੰਦਾ। ਸੋ ਕੋਸ਼ਿਸ਼ ਆ ਜੀ, ਕਿਆ ਬਾਤ ਹੈ ਭਾਜੀ। ਪੰਜਾਬੀ ਇੰਡਸਟਰੀ ਦੇ ਵਿੱਚ ਜਿੰਨੇ ਵੀ ਸਿੰਗਰ ਨੇ ਅੱਜ ਦੇ ਟਾਈਮ 'ਚ, ਜੋ ਅੱਜ ਦਾ ਦੌਰ ਚੱਲ ਰਿਹਾ, ਹਰ ਕੋਈ ਇੱਕ ਦੂਜੇ ਦੀਆਂ ਲੱਤਾਂ ਖਿੱਚਦਾ ਜੀ ਕਿ ਮੈਂ ਇਹਨੂੰ ਥੱਲੇ ਖਿੱਚ ਕੇ ਉੱਪਰ ਲੈ ਜਾ। ਯੂ ਆਰ ਦਾ ਓਨਲੀ ਰੌਕ ਸਟਾਰ ਜਿਹਨੂੰ ਸਾਰਿਆਂ ਨੇ ਸਪੋਰਟ ਕੀਤੀ, ਮੈਨੂੰ ਲੱਗਦਾ ਤੁਸੀਂ ਕਦੀ ਕਿਸੇ ਦੀਆਂ ਲੱਤਾਂ ਵੀ ਨਹੀਂ ਖਿੱਚੀਆਂ ਹੋਣਗੀਆਂ। ਮੈਨੂੰ ਖੁਦ ਨੂੰ ਐ ਲੱਗਦਾ ਨਹੀਂ ਕਿ ਮੇਰੇ ਤਾਂ ਆਪਦੇ, ਹੁਣ ਮੈਨੂੰ ਕੱਲ ਇਹ ਗੱਲ ਬਹੁਤ ਰਿਲਾਈਜ਼ ਹੋਈ ਕਿ ਯਾਰ ਕਿੰਨਾ ਪਿਆਰ ਕਰਦੇ ਨੇ ਲੋਕ, ਕਿਉਂਕਿ ਕਿੰਨੀ ਮਤਲਬ ਸਾਰੀ ਇੰਡਸਟਰੀ ਨੇ ਮੇਰਾ ਗਾਣਾ ਆਇਆ ਸ਼ੇਅਰ ਕੀਤਾ ਹਨਾ। ਸੋ ਮੈਂ ਗਾਣਾ ਆਇਆ ਮੇਰੇ ਆਪਣੇ ਪੇਜ ਦੇ ਉੱਤੇ ਪਾਇਆ ਹੋਇਆ ਸੀਗਾ, ਮੇਰੇ ਤੋਂ ਸਭ ਤੋਂ ਪਹਿਲਾਂ ਬਾਦਸ਼ਾਹ ਦੇ ਪੇਜ ਤੇ ਸੀ, ਪਹਿਲੇ ਨੰਬਰ ਤੇ ਮੇਰੇ ਪੇਜ, ਮੇਰੇ ਤੋਂ ਵੀ ਪਹਿਲਾਂ ਬਾਦਸ਼ਾਹ ਦੇ ਪੇਜ ਤੇ ਸੀ ਹਨਾ। ਸਭ ਤੋਂ ਘੈਂਟ ਗੱਲ, ਬਾਦਸ਼ਾਹ ਭਾਈ ਦਾ ਕੋਈ ਵੀ ਮਤਲਬ ਗਾਣਾ ਜਿੰਨਾ ਮਿਊਜ਼ਿਕ ਨਹੀਂ ਕੀਤਾ ਉਹਨਾਂ ਨੇ, ਨਹੀਂ ਸਪੋਰਟ ਓਨਲੀ। ਹਾਂ ਉਹਨੇ ਇੱਕ, ਅੱਛਾ ਉਹਨੇ ਮਿਊਜ਼ਿਕ ਨਹੀਂ ਕੀਤਾ, ਸਗੋਂ ਮੈਂ ਉਹਨੂੰ ਕਿਹਾ, ਮੈਂ ਕਿਹਾ ਬਾਦਸ਼ਾਹ ਯਾਰ ਤੂੰ ਤਾਂ ਹਿੱਟ ਬਹੁਤ ਹੋ ਗਿਆ, ਬੰਬੇ ਬੁੰਬੇ ਦਿੱਲੀ ਦੁੱਲੀ ਲੋਕੀ ਕਰਦੇ ਆ ਬਾਦਸ਼ਾਹ ਬਾਦਸ਼ਾਹ, ਮੈਂ ਕਿਹਾ ਯਾਰ ਮੈਂ ਤਾਂ ਐਲਬਮ ਬਣਾ ਲਈ ਤੇ ਤੂੰ ਤਾਂ ਮੇਰੀ ਐਲਬਮ ਚ ਹੈ ਨਹੀਂ ਗਾ, ਤੇ ਹੁਣ ਗੱਲ ਕਿਵੇਂ ਅੱਗੇ ਗਾਣਾ ਚਾਹੀਦਾ ਸੀ। ਕਹਿੰਦਾ ਭਾਜੀ ਫਿਰ ਕੀ ਕਰੀਏ, ਮੈਂ ਕਿਹਾ ਯਾਰ ਤੂੰ ਐਂ ਕਰ ਕਿਸੇ ਨਾ ਕਿਸੇ ਗਾਣੇ 'ਚ ਰੈਪ ਕਰ। ਫਿਰ ਮੈਂ ਉਹਨੂੰ ਇੱਕ ਗਾਣਾ ਆਇਆ ਤਾਂ, ਮੈਂ ਕਿਹਾ ਮੇਰਾ ਫੇਵਰੇਟ ਗਾਣਾ ਯਾਰ ਵੀ ਮੈਨੂੰ ਘੈਂਟ ਲਾ ਦੇ ਇੱਦਾਂ ਦੇ ਗੀਤ ਹਨਾ। ਮੈਨੂੰ ਸੁਣ ਕੇ ਮੈਨੂੰ ਕਹਿੰਦਾ ਭਾਜੀ ਆਹ ਮਜ਼ਾਕ ਕਰ ਰਹੇ ਹੋ, ਮੈਂ ਕਿਉਂ, ਕਹਿੰਦਾ ਯਾਰ ਇਹਦਾ ਜਮਾ ਹੀ ਤੁਸੀਂ ਮੈਨੂੰ ਦੇਸੀ ਟੰਗ ਮਾਝਾ ਗੀਤ ਦਾ ਟੰਡਣ ਟੰਡਣ ਉਹ ਐਵੇਂ ਗੰਨਾ ਗੁੰਨਾ ਵਾਲੀਆਂ ਨੀ ਰੱਖੀਆਂ ਪਰ ਇੱਕ ਵਿੱਚ ਜਾਨ ਰੱਖੀਆ, ਮੈਂ ਕਿਹਾ ਯਾਰ ਤੂੰ ਚੱਕ ਦੇ ਫੱਟੇ ਦੇਖੀ ਜਾਓ। ਫਿਰ ਉਹਨੇ ਉਹਦੇ 'ਚ ਰੈਪ ਕੀਤਾ, ਪਰ ਮੈਨੂੰ ਲੱਗਦਾ ਕਿ ਅੱਜ ਤੱਕ ਤੁਸੀਂ ਬਾਦਸ਼ਾਹ ਦਾ ਵੀ ਇੰਨਾ ਦੇਸੀ ਅਤੇ ਇੰਨਾ ਫੋਕ ਰੈਪ ਨਹੀਂ ਸੁਣਿਆ ਹੋਊ ਜਿਹੜਾ ਉਸ। ਇੱਕ ਹੋਰ ਗੱਲ ਮੈਨੂੰ ਲੱਗਦਾ ਕਿ ਜਿਹੜੇ ਉਸ ਵੀਡੀਓ ਦੇ ਵਿੱਚ ਜੋ ਬਾਦਸ਼ਾਹ ਭਾਈ ਨੇ ਪਾਇਆ ਕੋਈ ਵੀ ਕਨਫੈਸ ਥੋੜੀ ਜ਼ਿੰਦਗੀ ਦਾ ਜਿਹੜਾ ਤੁਹਾਨੂੰ ਲੱਗਦਾ ਕਿ ਯਾਰ ਇਹ ਮੈਨੂੰ ਦੱਸਣਾ ਚਾਹੀਦਾ ਸੀ ਲੋਕਾਂ ਨੂੰ? ਕੀ ਕਰਾਂ ਯਾਰ ਦੱਸਣਾ ਕੀ ਚਾਹੀਦਾ ਜੀ, ਇਹ ਮੈਨੂੰ ਥੋੜ੍ਹਾ ਜਿਹਾ ਔਖਾ ਸਵਾਲ ਹੈ। ਕੋਈ ਵੀ ਗਲਤੀ ਜਿਹੜੀ ਤੁਸੀਂ ਐਕਸੈਪਟ ਕਰਦੇ ਹੋ ਇਨ ਫਰੰਟ ਆਫ ਆਡੀਅੰਸ ਕਿ ਹਾਂ ਇਹ ਮੇਰੀ ਗਲਤੀ ਸੀ? ਆ ਦੇਖੋ ਗਲਤੀਆਂ ਬੰਦੇ ਤੋਂ ਜ਼ਿੰਦਗੀ ਦੇ ਵਿੱਚ ਬਹੁਤ ਹੁੰਦੀਆਂ ਨੇ ਜੀ, ਪੈਰ ਪੈਰ ਤੇ ਬੰਦਾ ਗਲਤੀਆਂ ਕਰਦਾ ਜੀ, ਤੇ ਦਮ ਚਾਹੀਦਾ ਉਹਨਾਂ ਨੂੰ ਐਕਸੈਪਟ ਕਰਨ ਲਈ ਨਾ। ਬਟ ਮੈਂ ਕਈ ਵਾਰੀ, ਕਿਉਂਕਿ ਮੈਂ ਤਾਂ ਪੰਜ ਚਾਰ ਵੱਡੀਆਂ ਗਲਤੀਆਂ ਆਪਦੀਆਂ ਬਣੀਆਂ ਨੇ ਹਨਾ, ਸੋ ਇੱਕ ਦੋ ਵਾਰੀ ਜ਼ਿੰਦਗੀ 'ਚ ਇੱਦਾਂ ਦੇ ਮੌਕੇ ਆਏ ਸੀਗੇ ਵੀ ਇੱਕ ਦੋ ਚੀਜ਼ਾਂ ਸੀ, ਲੋਕ ਸਾਡੇ ਖਿਲਾਫ਼ ਸੀਗੇ ਬੜੇ ਆਰਟਿਸਟਾਂ ਦੇ, ਅਤੇ ਕਹਿੰਦੇ ਕਿ ਯਾਰ ਜੋ ਆਰਟਿਸਟਾਂ ਨੇ ਕੀਤਾ ਨਾ ਉਹ ਠੀਕ ਨਹੀਂ ਗਾ ਹਨਾ, ਅਤੇ ਪੋਲੀਟੀਕਲੀ ਅਸੀਂ ਇਨਵੋਲਵ ਹੋ ਗਏ ਸੀਗੇ ਕਿਸੇ ਚੀਜ਼ 'ਚ। ਸੋ ਸਭ ਤੋਂ ਪਹਿਲਾਂ ਮੈਨੂੰ ਇਹ ਗੱਲ ਰਿਲਾਈਜ਼ ਹੋਈ ਮੇਰੇ ਘਰ, ਇਹ ਮੈਨੂੰ ਸਾਰੇ ਕਹਿੰਦੇ ਕਿ ਹਾਂ ਜੇ ਤੁਸੀਂ ਕੋਈ ਚੀਜ਼ ਗਲਤ ਕੀਤੀ ਹੈ ਨਾ ਤਾਂ ਤੁਹਾਨੂੰ ਉਹ ਚੀਜ਼ ਐਕਸੈਪਟ ਕਰਨੀ ਚਾਹੀਦੀ ਹੈ, ਇਹ ਚੀਜ਼ ਮੈਨੂੰ ਖੁਦ ਨੂੰ ਵੀ ਲੱਗਦੀ ਸੀਗੀ ਯਾਰ ਹਾਂ। ਸੋ ਮੈਂ ਸਭ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਲਿਖ ਕੇ ਬਹੁਤ ਵੱਡਾ ਨੋਟ ਪਾਇਆ ਕਿ ਦੈਟ ਇਜ਼ ਉਹ ਮੇਰੀ ਗਲਤੀ ਆ, ਸੋ ਬਟ ਨੈਕਸਟ ਟਾਈਮ ਲਈ ਮੈਂ ਇਸ ਚੀਜ਼ ਲਈ ਬਹੁਤ ਕੇਅਰਫੁਲ ਰਹੂੰਗਾ ਐਂਡ ਦੈਟ ਇਜ਼ ਪ੍ਰੋਮਿਸ ਹੈ ਨਾ। ਸੋ ਲੋਕਾਂ ਨੇ ਉਹ ਚੀਜ਼ ਬੜੀ ਐਕਸੈਪਟ ਕੀਤੀ, ਕਹਿੰਦੇ ਹਾਂ ਯਾਰ ਵੀ ਠੀਕ ਆ ਜੇ ਬੰਦਾ ਗਲਤੀ ਮੰਨਦਾ ਤਾਂ ਉਹਨੂੰ ਇਹ ਚੀਜ਼ ਕਰਨੀ ਚਾਹੀਦੀ। ਬਟ ਮੈਂ, ਮੈਨੂੰ ਲੱਗਦਾ ਕਿ ਕੋਈ ਇੱਦਾਂ ਦੀ ਚੀਜ਼ ਹੁੰਦੀ ਨਹੀਂ, ਜੇ ਮੈਨੂੰ ਲੱਗਦਾ ਕਿ ਕੋਈ ਚੀਜ਼ ਰੋਂਗ ਆ ਤਾਂ ਅਸੀਂ ਉਹਨੂੰ ਐਕਸੈਪਟ ਮੈਂ ਤਾਂ ਕਰ ਲੈਂਦਾ। ਸੋ ਮੇਰੇ 'ਚ ਬਹੁਤ ਆ, ਮੇਰੀਆਂ ਕਈ ਫਿਲਮਾਂ ਮੇਰੀਆਂ ਨਹੀਂ ਵਰਕ ਕੀਤੀਆਂ ਹਨਾ, ਜਾਂ ਮੈਂ ਲੋਕਾਂ ਨੂੰ ਫਿਲਮ ਨਹੀਂ ਸੀ ਵਧੀਆ ਲੱਗੀ ਮਿਰਜ਼ਾ, ਮੈਂ ਬਾਹਰ ਨਿਕਲਿਆ ਇਵਨ ਮੈਂ ਖੁਦ ਆ ਕੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਯਾਰ ਮੈਨੂੰ ਜ਼ਿਆਦਾ ਪ੍ਰੈਸ ਦੇ ਮੂਹਰੇ ਲੈ ਕੇ ਨਾ ਜਾਇਓ, ਅਦਰਵਾਈਜ਼ ਮੈਂ ਕਹਿ ਦੂੰਗਾ ਫਿਲਮ ਵਧੀਆ ਨਹੀਂ। ਬਲਜੀਤ ਭਾਜੀ ਦੀ ਫਿਲਮ ਸੀ, ਬਲਜੀਤ ਭਾਜੀ ਮੇਰੇ ਬਹੁਤ ਕਲੋਜ਼ ਨੇ ਹਨਾ, ਬਟ ਹਾਂ ਫਿਲਮ ਅਸੀਂ ਐਫਰਟ ਬਹੁਤ ਕੀਤੀ, ਨਹੀਂ ਵਧੀਆ ਬਣੀ ਹਨਾ, ਉਹ ਚੀਜ਼ ਅਸੀਂ ਆਪ ਹੀ ਮੰਨ ਲਈ ਹਨਾ ਕਿ ਯਾਰ ਨਹੀਂ ਵਧੀਆ ਬਣੀ, ਕਿ ਮਰਜ਼ੀ ਆ ਤੁਹਾਡੀ ਦੇਖਣੀ ਆ, ਦੇਖੋ ਨਹੀਂ ਨਾ ਸੀ। ਮੈਂ ਕਿਹਾ ਮੈਂ ਨਹੀਂ ਕਹਿ ਸਕਦਾ ਹੁਣ ਕਿ ਦੇਖੋ ਜ਼ਰੂਰ ਫਿਲਮ ਐਕਸਟਰਾ ਆਰਡਨਰੀ ਹੈ ਨਾ। ਸੋ ਜਦੋਂ ਚੀਜ਼ ਕੰਟੈਂਟ ਨਹੀਂ ਅੱਛਾ ਬਣਦਾ ਉਹਦੇ ਲਈ ਜ਼ਰੂਰੀ ਥੋੜ੍ਹਾ ਕਿ ਹਰ ਚੀਜ਼ ਤੋਂ ਪੇ ਚੱਲੂਗੀ। ਹੁਣ ਜੇ ਕੋਈ ਚੀਜ਼ ਗਾਣਾ ਚੱਲ ਗਿਆ ਤਾਂ ਗਾਣਾ ਚੱਲ ਗਿਆ, ਹੁਣ ਜੇ ਨੈਕਸਟ ਗਾਣਾ ਕੱਢੂੰ ਤਾਂ ਉਹ ਨਹੀਂ ਚੱਲੂ, ਮੈਂ ਇਹ ਨਹੀਂ ਕਹੂੰਗਾ ਢੋਲ ਵਜਾ ਕੇ ਇਹ ਵੀ ਬਲੋਕਬਸਟਰ ਹੈ ਨਾ। ਜਿਹੜੀ ਚੀਜ਼ ਹਿੱਟ ਆ ਉਹ ਹਿੱਟ ਆ, ਜਿਹੜੀ ਨਹੀਂ ਹੈਗੀ ਨਹੀਂ ਹੈਗੀ। ਕੀ ਬਾਤ ਹੈ, ਸੋ ਨਾਈਸ ਆਫ ਯੂ ਭਾਜੀ। ਆਲਰਾਈਟ ਭਾਜੀ, ਇੱਕ ਵਾਰ ਹੁਣ ਉਹ ਗਾਣਾ ਆ ਜੇ ਜਿਹਦੇ ਨਾਲ ਦੇਸੀ ਰੌਕ ਸਟਾਰ 2 ਦੀ ਓਪਨਿੰਗ ਹੋਈ ਸੀ। ਲਓ ਜੀ,
18ਵੇਂ ਚ ਧਰੇ ਹੱਥ ਪੈਰ ਬੱਲੀਏ ਨੀ ਪੈ ਗਏ ਵਹਿਰ ਬੱਲੀਏ ਬੱਤੀ ਵਾਲੇ ਚੌਂਕ ਵਿੱਚ ਡਾਂਗ ਖੜਕੀ ਤੇ ਚੱਲੇ ਫੈਰ ਬੱਲੀਏ ਚੜ੍ਹਦੀ ਜਵਾਨੀ ਤੇਰੀ ਕੀਲ ਕੇ ਪਟਾਰੀ ਵਿੱਚ ਰੱਖ ਲੈਣਗੇ ਹਾਂ ਲੰਘਿਆ ਨਾ ਕਰ ਬਿਲੋ ਛੜਿਆਂ ਦੀ ਗਲੀ ਤੈਨੂੰ ਪੱਟ ਲੈਣਗੇ ਕਿਆ ਬਾਤ ਹੈ ਥੈਂਕ ਯੂ ਸੋ ਮਚ ਬਾਜੀ ਥੈਂਕ ਯੂ ਸੋ ਮਚ ਫॉर ਕਮਿੰਗ ਇਨ ਟੈਸ਼ਨ ਦਾ ਪੈਕ ਐਂਡ ਕੀਪ ਇੰਜੋਇੰਗ ਟੈਸ਼ਨ ਦਾ ਪੈਕ ਜੀ